42 ਕਿੱਲਿਆਂ ਦੀ ਫਸਲ ਬੀਜਣ ਵਾਲਾ ਕਿਸਾਨ ਇੱਕ ਪਖਾਰੀ ਬਣ ਚੁੱਕਿਆ ਅੱਜ ਮੈਂ ਇਸ ਜਗ੍ਹਾ ਤੇ ਖੜੋ ਗਏ ਤੇ ਮੈਂ ਹੱਥ ਕਰ ਲੋਕਾਂ ਦੇ ਅੱਗੇ ਇਹ ਸਾਡੀ ਬਾਂਬੜੀ ਜਾਈ ਜੇ ਕੋਈ ਮੈਂ ਲੋ ਟਰਾਲੀ ਨਾਲ ਨੰਗਦਾ ਏ ਉਹਨੇ ਮਗਰ ਭਜਣਾ ਪੈਂਦਾ ਸਾਨੂੰ ਕੀ ਚੀਜ਼ ਦੇ ਕੇ ਸਾਣ ਜਿਹੜਾ ਆਪਣਾ ਦਰਦ ਨਹੀਂ ਦੱਸ ਸਕਦਾ ਦਾ ਇਹ ਮੇਰੇ ਮਾਮੇ ਦਾ ਪੁੱਤ ਆ ਇਹ ਭਰਾ ਇਹਦੀ ਉਹ ਸਾਹਮਣੇ ਘਰ ਆ ਇਹ ਵੀ ਜਿਹੜਾ ਨਾ ਸਾਰੀ ਜ਼ਮੀਨ ਮੇਰੀ ਖਰਾਬ ਆ ਕੁਝ ਢੰਗ ਰਹੇ ਦੇ ਨੇ ਤੇ ਕੁਝ ਮੇਰੇ ਆ ਜ਼ਮੀਨ ਆਪਦੀ ਜ਼ਮੀਨ ਸੀ ਜਿਹੜੀ ਉਹ 10 ਕਿੱਲੇ ਸੀ ਔਰ 38 ਕਿੱਲੇ ਇਸ ਕਿਸਾਨ ਨੇ ਠੇਕੇ ਤੇ ਲਈ ਹੋਈ ਸੀ ਤੇ ਮੇਰਾ ਘਰ ਜਿਹੜਾ ਪਾਣੀ ਦੇ ਵਿੱਚ ਆ ਬੰਦੇ ਦੇ ਅੰਦਰ ਆ ਤੇ ਘਰ ਦੇ ਵਿੱਚ ਜਿਹੜਾ ਸੀਗਾ ਉਹ ਤਕਰੀਬਨ ਵੀ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਵੜ ਗਿਆ ਸੀਗਾ ਜਿਹੜਾ ਜੋ ਵੀ ਉਤਰੇੜਾ ਪੈ ਚੁੱਕੀਆਂ ਉਹਦੇ ਵਿੱਚ ਪੱਥਰ ਵੀ ਤਰੇੜਾ ਪੈ ਚੁੱਕੀਆਂ ਨੇ 7/7 ਤਰੀਕ ਨੂੰ ਪਾਣੀ ਆਇਆ ਸੀਗਾ ਅੱਜ ਸਾਡੇ 53 ਦਿਨ ਹੋ ਚੁੱਕੇ ਪਾਣੀ ਆਏ ਜਿਹੜਾ ਇੱਕ ਵਾਰੀ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਸਾਡੇ ਫੇਰ ਜਿਹੜੇ 플ੱਡ ਗੇਟ ਖੁੱਲੇ ਗਏ ਆ ਦੋ ਟਾਈਮਾਂ ਦੇ ਉਹਨਾਂ ਦੇ ਨਾਲ ਸਾਡਾ ਜਿਹੜਾ ਵੀ ਬਹੁਤ ਜ਼ਿਆਦਾ ਇਲਾਕੇ ਦੀ ਬਰਬਾਦੀ ਹੋਈ ਆ ਮੈਂ ਕਹਿੰਦੀ ਆਪਦੀ ਨਹੀਂ ਗੱਲ ਕਰ ਰਿਆ ਤੇ ਹੁਣ ਅੱਗੇ ਸਮਾਂ ਆਊਗਾ ਹੁਣ ਫੇਰ ਸਾਨੂੰ ਠੇਕਾ ਦੇਣਾ ਪੈਣਾ ਤੇ ਸਾਡੇ ਕੋਲ ਫਸਲ ਤਾਂ ਜਿਹੜੀ ਸਾਡੀ ਰੁੜ ਗਈ ਐ ਸੀ ਉਹਨੂੰ ਠੇਕਾ ਕਿੱਥੋਂ ਦੇ ਚੁੱਕਾਂਗੇ ਉਹਨਾਂ ਨੂੰ ਸਾਨੂੰ ਉਸ ਚੀਜ਼ ਤੇ ਵੀ ਬਹੁਤਾ ਨਿਰਪਰ ਕਰਨਾ ਪੈਣਾ ਜੇ ਅਸੀਂ ਉਸ ਬਾਰੇ ਵੀ ਸੋਚਣਾ ਹੈ ਨਾਤ ਜਿਹੜੇ ਆ ਉਹ ਵੱਤ ਤੋਂ ਬੱਤਰ ਹੋਏ ਪਏ ਨੇ ਕਿਸਾਨ ਦੇ ਪੱਲੇ ਸਿਰਫ ਰੇਤਾ ਹੀ ਆਈ ਆ 48 ਕਿੱਲੇ ਝੋਨਾ ਬੀਜਿਆ ਸੀਗਾ ਪਰ ਦਰਿਆਈ ਪਾਣੀ ਵਹਾ ਕੇ ਲੈ ਗਿਆ ਕਿਸਾਨ ਦੇ ਪੱਲੇ ਸਿਰਫ ਰੇਤਾ ਹੀ ਆਈ ਆ ਪਿੰਡ ਬੱਗੇ ਵਾਲਾ ਦਾ ਇਹ ਰਹਿਣ ਵਾਲਾ ਕਿਸਾਨ ਜਿਸ ਦੀ ਜ਼ਮੀਨ ਆਪ ਦੀ ਜ਼ਮੀਨ ਸੀਗੀ ਜਿਹੜੀ ਉਹ 10 ਕਿੱਲੇ ਸੀ ਔਰ 38 ਕਿੱਲੇ ਇਸ ਕਿਸਾਨ ਨੇ ਠੇਕੇ ਤੇ ਲਈ ਹੋਈ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਉਸ ਕਿਸਾਨ ਦੇ ਪੱਲੇ ਕੁਝ ਵੀ ਨਹੀਂ ਹੈ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਤਰ ਹੋਏ ਪਏ ਨੇ ਉਹ ਕਿਸਾਨ ਪਿਛਲੇ 20 ਦਿਨਾਂ ਤੋਂ ਇਸ ਬੰਨ ਤੇ ਬੈਠਾ ਹੋਇਆ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਉਸ ਕਿਸਾਨ ਦੇ ਹਾਲਾਤਾਂ ਦੀਆਂ ਕਿ ਆਪਣੀ ਟਰਾਲੀ ਜਿਹੜੀ ਉਹਨੂੰ ਵਿੱਡ ਲਾ ਕੇ ਇਹਦੇ ਅੰਦਰ ਕੁਝ ਜਿਹੜੀ ਫੀਡ ਵਗੈਰਾ ਰੱਖੀ ਹੋਈ ਆ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਿਸਾਨ ਨੂੰ ਇੱਕ ਤੰਬੂ ਵੀ ਲਾ ਕੇ ਦਿੱਤਾ ਗਿਆ ਸੀਗਾ ਔਰ ਜੇਕਰ ਇਧਰ ਲਈ ਤੁਹਾਨੂੰ ਨਿਗਾਹ ਮਰਵਾਈਏ ਤਾਂ ਇਧਰ ਕਿਸਾਨ ਨੇ ਆਪਣੇ ਜਿਹੜੇ ਡੰਗਰ ਆ ਉਹ ਬੰਨੇ ਹੋਏ ਨੇ ਬੇਸ਼ੱਕ 48 ਕਿੱਲਿਆਂ ਦੀ ਫਸਲ 'ਚੋਂ ਇਸ ਕਿਸਾਨ ਨੇ ਮੋਟੀ ਕਮਾਈ ਕਰਨੀ ਸੀਗੀ ਔਰ ਆਪਣੇ ਪਰਿਵਾਰ ਲਈ ਜਿਹੜਾ ਕੁਝ ਨਾ ਕੁਝ ਨਮਾ ਕਰਕੇ ਵਿਖਾਉਣਾ ਸੀਗਾ ਪਰ ਦ੍ਰਿਾਈ ਪਾਣੀ ਨੇ ਇਸ ਕਿਸਾਨ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਜੇਕਰ ਗੱਲ ਕਰੀਏ ਇਸ ਰਾਜੇ ਕਿਸਾਨ ਦੀ ਕਿਉਂਕਿ ਕਿਸਾਨ ਖੇਤਾਂ ਦਾ ਰਾਜਾ ਹੁੰਦਾ ਪਰ ਉਹੀ ਕਿਸਾਨ ਅੱਜ ਭਿਖਾਰੀ ਬਣ ਚੁੱਕਿਆ ਕਿਉਂਕਿ ਨਿਗਾਹ ਤਾ ਕਰਕੇ ਵੇਖਦਾ ਕਿ ਕੋਈ ਸੇਵਾ ਕਰਨ ਵਾਲਾ ਸੇਵਾਦਾਰ ਜਾਂ ਸਮਾਜ ਸੇਵੀ ਕੋਈ ਹਰਾਚਾਰਾ ਤੂੜੀ ਜਾਂ ਕੋਈ ਹੋਰ ਸਮਾਨ ਲੈ ਕੇ ਆਵੇਗਾ ਤੇ ਉਹ ਇੰਨਾ ਡੰਗਰਾਂ ਨੂੰ ਪਾ ਦੇਗਾ ਕਿਉਂਕਿ ਡੰਗਰਾਂ ਲਈ ਜਿਹੜੀ ਤੂੜੀ ਉਹ ਇਸ ਕਿਸਾਨ ਨੇ ਕੁੱਪ ਬੰਨੇ ਸੀਗੇ ਉਹ ਦਰਿਆ ਚ ਰੁੜ ਗਈ ਜਿਹੜਾ ਹਰਾ ਚਾਰਾ ਇਸ ਕਿਸਾਨ ਨੇ ਉਗਾਇਆ ਸੀਗਾ ਉਹ ਗਲ ਗਿਆ ਔਰ ਅੱਜ ਕਿਸਾਨ ਦੇ ਹਾਲਾਤ ਜਿਹੜੇ ਆ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਅੱਜ 45 ਕਿੱਲਿਆਂ ਦੀ ਫਸਲ ਬੀਜਣ ਵਾਲਾ ਕਿਸਾਨ ਇੱਕ ਪਖਾਰੀ ਬਣ ਚੁੱਕਿਆ ਔਰ ਇੱਕ ਤਰਸ ਭਰੀ ਨਿਗਾ ਨਾਲ ਵੇਖ ਰਿਹਾ ਕਿ ਕੋਈ ਆਵੇਗਾ ਔਰ ਮੈਨੂੰ ਕੁਝ ਨਾ ਕੁਝ ਦੇ ਕੇ ਜਾਵੇਗਾ ਅਸੀਂ ਗੱਲਬਾਤ ਕਰਦੇ ਹਾਂ ਉਸ ਕਿਸਾਨ ਨਾਲ ਭਾਜੀ ਤੁਹਾਡਾ ਪਿੰਡ ਕਿਹੜਾ ਜੀ ਸੋਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਪਿੰਡ ਜਿਹੜਾ ਉਹ ਬੱਗੇਵਾਲਾ ਹੈ ਹਾਂਜੀ ਤੇ ਮੇਰਾ ਘਰ ਜਿਹੜਾ ਉਹ ਪਾਣੀ ਦੇ ਵਿੱਚ ਹੈ ਬੰਨ ਦੇ ਅੰਦਰ ਹੈ ਹੂੰ ਇਹ ਘਰ ਦੇ ਵਿੱਚ ਜਿਹੜਾ ਸੀਗਾ ਉਹ ਤਕਰੀਬਨ ਵੀ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਵੜ ਗਿਆ ਸੀਗਾ ਜਿਹੜਾ ਜੋ ਵੀ ਉਤ ਰੇੜਾਂ ਪੈ ਚੁੱਕੀਆਂ ਉਹਦੇ ਵਿੱਚ ਪੱਥਰ ਚ ਵੀ ਰੇੜਾਂ ਪੈ ਚੁੱਕੀਆਂ ਨੇ ਜੋ ਅੱਗੇ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਵੀ ਦੱਸ ਚੁੱਕੇ ਹੋ ਕਿ ਸਾਡਾ ਪਿੰਡ ਜਿਹੜਾ ਉਹ ਬੱਗੇਵਾਲਾ ਬਣ ਤੋਂ ਇੱਧਰ ਆ ਤੇ ਜਿਹੜੀ ਸਾਡੀ ਸਾਰੇ ਨਗਰ ਦੀ ਜ਼ਮੀਨ ਹੈ ਉਹ ਸਾਰੀ ਇੱਧਰ ਬਣ ਦੇ ਅੰਦਰ ਹੀ ਆ ਤੇ ਜਿਹਦੇ ਵਿੱਚ ਸਾਡੇ ਸਾਰੇ ਕਿਸਾਨਾਂ ਨੇ ਨਾ ਦੂਰੀ ਵਿੱਚੋਂ ਨਲ ਆ ਲਿਆ ਸੀਗਾ ਤੇ ਉਹ ਜਿਹੜਾ ਝੋਨਾ ਜਿਹੜਾ ਫਿਰ ਸਾਡੀਆਂ ਆਸਾਂ ਦੇ ਜਿਹੜਾ ਪਾਣੀ ਫਿਰ ਚੁੱਕਾ ਹੈ ਕਿਉਂਕਿ ਕਿਸਾਨ ਜਿਹੜਾ ਹੈ ਉਹ ਇੱਕ ਸਿਰਫ ਫਸਲ ਦੇ ਸਿਰ ਤੇ ਨਿਰਭਰ ਕਰਦਾ ਹੈ ਕਿ ਉਹਨੇ ਆਪਦੀ ਜਿਹੜੀ ਆ ਆਉਣ ਵਾਲੇ 6 ਮਹੀਨੇ ਉਹ ਫਸਲ ਦੇ ਸਿਰ ਤੇ ਕੱਟਨੇ ਨੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਕੋਈ ਹੋਰ ਕਿਤੇ ਆਉਣਾ ਜਾਣਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਾਜ ਆ ਕੇ ਹਾੜੀ ਦੀ ਫਸਲ ਬੀਜਣੀ ਆ ਉਹ ਉਹਨੇ ਝੋਨੇ ਦੀ ਕਮਾਈ ਕਰਕੇ ਬੀਜਣੀ ਆ ਪਰ ਅੱਜ ਜਿਹੜਾ ਉਹ ਕਿਸਾਨ ਹੈ ਉਹ ਅੱਖਾਂ ਤੋਂ ਹੌਲਾ ਹੋ ਚੁੱਕੇ ਬਹਿ ਚੁੱਕਾ ਹੈ ਤੇ ਉਸ ਚੀਜ਼ ਨੂੰ ਉਹਨੂੰ ਕੋਹੇ ਦੀ ਦਾ ਵੀ ਕੋਈ ਲਾਭ ਨਹੀਂ ਮਿਲ ਰਿਹਾ ਅੱਜ ਜੇ ਅਸੀਂ ਇਸ ਚੀਜ਼ ਨੂੰ ਮੰਨੀਏ ਤੇ ਸਾਡੇ 7 ਤਰੀਕ ਨੂੰ ਪਾਣੀ ਆਇਆ ਸੀਗਾ ਅੱਜ ਸਾਡੇ 53 ਦਿਨ ਹੋ ਚੁੱਕੇ ਪਾਣੀ ਆਏ ਨੂੰ ਜਿਹੜਾ ਇੱਕ ਵਾਰੀ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਸਾਡੇ ਫੇਰ ਜਿਹੜੇ ਫਲੱਡ ਗੇਟ ਖੁੱਲੇ ਗਏ ਆ ਦੋ ਟਾਈਮਾਂ ਦੇ ਉਹਨਾਂ ਦੇ ਨਾਲ ਸਾਡਾ ਜਿਹੜਾ ਵੀ ਬਹੁਤ ਜ਼ਿਆਦਾ ਇਲਾਕੇ ਦੀ ਬਰਬਾਦੀ ਹੋਈ ਆ ਮੈਂ ਇਕੱਲੀ ਆਪਦੀ ਨਹੀਂ ਗੱਲ ਕਰ ਰਿਆ ਇੱਥੇ ਸਾਡੇ ਪਿੰਡ ਮੁੱਠਿਆਂ ਵਾਲਾ ਨਿਹਾਲਾ ਲਵੇਰਾ ਧੀਰਾ ਘਾਰਾ ਬੰਡਾਲਾ ਬੱਗੇ ਵਾਲਾ ਸਵਸਤੀ ਰਤੋਕੇ ਆ ਜਿਨ੍ਹਾਂ ਨੇ ਆਮ ਬਹੁਤ ਕਿਸਾਨਾਂ ਵੀਰਾਂ ਨੇ ਠੇਕੇ ਦੇ ਵਿੱਚ ਜ਼ਮੀਨ ਲਈ ਹੋਈ ਸੀ ਜਿਹਦੇ ਵਿੱਚ ਮੈਂ ਵੀ ਇੱਕ ਸ਼ਾਮਲ ਆਉਣਾ ਮੇਰੇ ਕੋਲ ਆਪਣੀ 10 ਕਿੱਲੇ ਜ਼ਮੀਨਾਂ 38 ਕਿੱਲੇ ਮੇਰੇ ਕੋਲ ਠੇਕੇ ਦੇ ਆ ਤੇ ਉਹ ਵੀ ਸਾਰੀ ਬਰਬਾਦ ਹੋ ਚੁੱਕੀ ਆ ਅੱਜ ਮੈਂ ਵੇਖਣ ਗਿਆ ਸੀਗਾ ਵੀ ਆਪਦੀ ਜ਼ਮੀਨ ਦੇ ਢੇੜਾ ਮਾਰ ਕੇ ਆਵਾਂ ਤੇ ਉੱਥੇ ਮੇਰੇ 10 ਕਿੱਲਾਂ ਦੇ ਵਿੱਚ ਬਿਲਕੁਲ ਰੇਤ ਪੈ ਚੁੱਕੀ ਸੀਗੀ ਕਿ ਉਹਦੇ ਵਿੱਚ ਤਾਂ ਮੈਨੂੰ ਬਿਲਕੁਲ ਵੀ ਆਸ ਨਹੀਂ ਰਹਿ ਗਈ ਕਿ ਮੈਂ 1 ਕਿੱਲੋ ਵੀ ਫਸਲ ਗੇ ਚੁੱਕ ਚੱਕੂਗਾ ਤੇ ਹੋਰ ਤੁਹਾਡੇ ਸਾਹਮਣੇ ਆ ਬੰਨ ਤੇ ਬੈਠੇ ਹੋਏ ਆ ਪ੍ਰਸ਼ਾਸਨ ਜੇ ਨਾਲ ਜੋ ਸਾਨੂੰ ਸਹੂਲਤਾਂ ਦਿੱਤੀਆਂ ਗਿਆ ਉਹ ਵੀ ਠੀਕ ਆ ਜਿਹੜੀਆਂ ਸੇਵਾਦਾਰਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਉਹਨਾਂ ਦਾ ਹੀ ਕੋਟਨ-ਕੋਟ ਧੰਨਵਾਦ ਕਰਦੇ ਆ ਪ੍ਰਣਾਮ ਕਰਦੇ ਆ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਔਖੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਜਦਰ ਜੀ ਤੁਸੀਂ ਗੱਲ ਕੀਤੀ ਕਿ 10 ਕਿੱਲੇ ਜਿਹੜੀ ਉਹ ਆਪਦੀ ਜ਼ਮੀਨ ਸੀਗੀ ਔਰ 38 ਕਿੱਲੇ ਤੁਸੀਂ ਜਿਹੜੀ ਆ ਉਹ ਠੇਕੇ ਤੇ ਲਈ ਹੋਈ ਸੀਗੀ ਬੜਾ ਵੱਡਾ ਨੁਕਸਾਨ ਆ ਚਲਣਾ ਬਹੁਤ ਔਖਾ ਹੈ ਕੁਦਰਤੀ ਮਾਰ ਹੈ ਇਸ ਨੂੰ ਰੱਬ ਦਾ ਇੱਕ ਭਾਗ ਵੱਡਾ ਪਾਣਾ ਮੰਨਣ ਦੀ ਗੱਲ ਕਹੀ ਜਾ ਸਕਦੀ ਕਿਉਂਕਿ ਇਸ ਕ੍ਰੋਪੀ ਨੇ ਕਿਸਾਨਾਂ ਨੂੰ ਜਿਹੜੇ ਖੜਾ ਦੀ ਮਾਰ ਹੇਟ ਸੀਗੇ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਪਰ ਤੁਸੀਂ ਤਾਂ ਚਲੋ ਆਪ ਦੀ 10 ਕਿੱਲੇ ਤਾਂ ਗਈ ਪਰ ਜਿਹੜੀ 38 ਜਿਹੜੀ ਕਿੱਲੇ ਆ ਉਹਦਾ ਤਾਂ ਠੇਕਾ ਵੀ ਦੇਣਾ ਹੁਣ ਹਾਂਜੀ ਉਹਨਾਂ ਦਾ ਪਿੱਛੇ ਠੇਕਾ ਦਿੱਤਾ ਸੀ ਸਾਰਾ ਜਿਹੜਾ ਅੱਧਾ ਠੇਕਾ ਦੇਈਦਾ ਹੈ ਹੁਣ ਅੱਗੇ ਸਮਾਂ ਆਊਗਾ ਹੁਣ ਫੇਰ ਸਾਨੂੰ ਠੇਕਾ ਦੇਣਾ ਪੈਣਾ ਤੇ ਸਾਡੇ ਕੋਲ ਫਸਲ ਤਾਂ ਜਿਹੜੀ ਸਾਡੀ ਰੋੜ ਗਈ ਅਸੀਂ ਉਹਨਾਂ ਨੂੰ ਠੇਕਾ ਕਿੱਥੋਂ ਦੇ ਚੁੱਕਾਂਗੇ ਉਹਨਾਂ ਨੂੰ ਸਾਨੂੰ ਉਸ ਚੀਜ਼ ਤੇ ਵੀ ਬਹੁਤਾ ਨਿਰਪਰ ਕਰਨਾ ਪੈਣਾ ਕਿ ਅਸੀਂ ਉਸ ਬਾਰੇ ਵੀ ਸੋਚਣਾ ਹੈ ਕਿ ਅਸੀਂ ਕੀ ਕਰੀਏ ਹੋ ਸਕਦਾ ਸਾਨੂੰ ਉਹ ਜ਼ਮੀਨ ਛੱਡਣੀ ਨਾ ਪੈ ਜਾਵੇ ਪਿਛਲਾ ਸਾਨੂੰ ਨੁਕਸਾਨ ਹੋ ਗਿਆ ਤੇ ਹੁਣ ਅੱਗੇ ਵੀ ਠੇਕਾ ਵੀ ਦੇਣਾ ਹੈ ਜੇ ਸਾਡੇ ਤੋਂ ਠੇਕਾ ਨਾ ਦਿੱਤਾ ਗਿਆ ਤਾਂ ਅਸੀਂ ਤਾਂ ਉਹਨਾਂ ਨੂੰ ਜ਼ਮੀਨ ਛੱਡਾਂਗੇ ਕਿ ਆਪੀ ਵਿਚ ਲੋ ਹੋਰ ਕੀ ਕਰਾਂਗੇ ਕਿਉਂਕਿ ਨਸਾ ਕਿਸਾਨ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ ਨੁਕਸਾਨ ਇੱਕ ਆਪਣਾ ਅੰਦਰ ਜਿਹੜਾ ਉਹ ਨਹੀਂ ਪਾੜ ਕੇ ਦਿਖਾ ਸਕਦਾ ਹੋਰ ਕਿਸਾਨ ਠੀਕ ਆ ਖੁਸ਼ ਆ ਖੁਸ਼ਹਾਲ ਆ ਪਰ ਉਹਦੇ ਅੰਦਰ ਦਾ ਦਰਦ ਜਿਹੜਾ ਨਾ ਉਹ ਕੋਈ ਸੁਣੋ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਅੱਛਾ ਸਕਦਾ ਜੀ ਕਦੇ ਸੋਚਿਆ ਸੀ ਵੀ ਆ ਦਿਨ ਵੇਖਣੇ ਪੈਣਗੇ ਨਹੀਂ ਜੀ ਇਹੋ ਜਿਹਾ ਕਦੇ ਸੋਚਿਆ ਹੀ ਨਹੀਂ ਸੀਗਾ ਜਿਹੜੇ ਬੱਚੇ ਨੇ ਅੱਜ ਉਹਨਾਂ ਨੂੰ ਮਹੀਨਾ ਮਹੀਨਾ ਆਗਾ ਸਕੂਲ ਗਿਆਣੋ ਬੱਚੇ ਪਾਣੀ ਦੇ ਵਿੱਚ ਹੁਣ ਬੈਠੇ ਹੋਏ ਆ ਕੀ ਕਰਾਂਗੇ ਉਹਨਾਂ ਨੂੰ ਕਿਸੇ ਪਾਸੋਂ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਵੀ ਬੇਕਾਰ ਹੋ ਰਹੀ ਆ ਅਸੀਂ ਤਾਂ ਆਪਣੀ ਜ਼ਿੰਦਗੀ ਗਵਾ ਚੁੱਕੇ ਆ ਪਰ ਸਾਡੇ ਬੱਚਿਆਂ ਦੀ ਵੀ ਜਿਹੜੀ ਜ਼ਿੰਦਗੀ ਉਹ ਵੀ ਗਵਾ ਚਰੀ ਜਾ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਡੀ ਆਪ ਦੀ ਤੂੜੀ ਹਰਾਚਰਾ ਸਾਰਾ ਖਤਮ ਹੋ ਗਿਆ ਡੰਗਰ ਤੁਸੀਂ ਪਿਛਲੇ 20 ਦਿਨਾਂ ਤੋਂ ਇੱਥੇ ਬੰਨੇ ਹੋਏ ਆ ਮੇਰੇ ਕੋਲੇ 60 ਟਰਾਲੀਆਂ ਤੂੜੀ ਸੀਗੀ ਜਿਹਦੇ ਵਿੱਚ 13 14 ਟਰਾਲੀਆਂ ਮੈਂ ਬਾਹਰ ਪਾਈ ਸੀ ਉਹ ਤਾਂ ਮੇਰੀ ਢੁੜ ਗਈ ਆ ਸਾਰੀ ਅੰਦਰ ਮੈਂ ਬਰਾਂਡੇ 'ਚ ਪਾਈ ਆ 48 ਟਰਾਲੀਆਂ ਤੂੜੀ ਪਈ ਸੀ ਉਹਦੇ ਵਿੱਚ ਵੀ ਮੇਰੇ ਵੀ 7 7 ਫੁੱਟ ਪਾਣੀ ਵੜ ਗਿਆ ਉਹਦੇ ਵਿੱਚ ਬਰਾਂਡੇ 'ਚ ਉਹ ਵੀ ਬਿਲਕੁਲ ਖਰਾਬ ਹੋ ਚੁੱਕੀ ਹੈ ਕੋ 2 4 ਟਰਾਲੀਆਂ 5 7 ਉਹਨਾਂ ਘਰੇ ਜਾ ਕੇ ਦੇਖਾਂਗੇ ਕੱਲ ਨੂੰ ਘਰੇ ਜਾਣਾ ਸੀ ਕੱਲ ਨੂੰ ਜਾ ਕੇ ਦੇਖਾਂਗੇ ਵੀ ਸਾਡੇ ਘਰ ਦਾ ਕੀ ਹਾਲਾਤ ਹੈ ਅਜ 19 20 ਦਿਨ ਹੋ ਗਏ ਇੱਥੇ ਆਇਆ ਨੂੰ ਘਰੇ ਨਹੀਂ ਗਏ ਅਸੀਂ ਵੀ ਸਾਡੇ ਘਰ ਦਾ ਕੀ ਹਾਲ ਹੈ ਤੇ ਆ ਬਾਕੀ ਪਰਿਵਾਰ ਕੱਲ ਗਿਆ ਹੈ ਮੈਂ ਸਵੇਰੇ ਜਾਊਂਗਾ ਘਰੇ ਤੇ ਦੇਖੂਗਾ ਵੀ ਕੀ ਹਾਲ ਹੈ ਸਾਡੇ ਘਰ ਦੇ ਤੁਸੀਂ ਦੱਸਿਆ ਕਿ 60 ਟਰਾਲੀਆਂ ਤੁਸੀਂ ਤੂੜੀ ਜੋੜੀ ਹੋਈ ਸੀਗੀ ਤੂੜੀ ਜਿਹੜੀ ਉਹ ਖਤਮ ਹੋ ਗਈ ਕਦੇ ਸੋਚਿਆ ਸੀਗਾ ਵੀ ਆਪਦੇ ਡੰਗਰਾਂ ਲਈ ਜਨਰਲ ਲਈ ਤੁਸੀਂ 60 ਕਿੱਲੇ ਤੂੜੀ ਜੋੜੀ ਸੀਗੀ ਉਹਨਾਂ ਦੇ ਖਾਣ ਲਈ ਉਹਨਾਂ ਦੇ ਹਰੇਚਾਰੇ ਲਈ ਵੀ ਹੱਥ ਚੱਕ ਕੇ ਵੇਖਣਾ ਪੈਗਾ ਵੀ ਕੋਈ ਆਵੇਗਾ ਸੇਵਾਦਾਰ ਤੇ ਸਾਨੂੰ ਅਸੀਂ ਉਹਨਾਂ ਨੂੰ ਕੁਝ ਖਵਾਵਾਂਗੇ। ਵੇਖੋ ਜੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਸਾਨੂੰ ਇਹਦਾ। ਵੇਖੋ ਹੁਣ 60 ਟਰਾਲੀਆਂ ਤੂੜੀ ਮੈਂ ਜੋੜੀ ਸੀ ਘਰੇ ਕਿ ਮੈਂ ਆਪਣਾ ਆਉਣ ਵਾਲਾ ਸਮਾਂ ਜਿਹੜਾ ਉਹ ਤੂੜੀ ਕੁਝ ਵੇਚਾਂਗਾ ਤੇ ਕੁਝ ਮੇਰਾ ਸਮਾਂ ਖਸਾਲ ਹੋਊਗਾ। ਪਰ ਅੱਜ ਉਹ ਜਿਹੜੀ ਆ ਮੇਰੀ ਉਹ 60 ਟਰਾਲੀਆਂ ਤੂੜੀ ਤਾਂ ਖਰਾਬ ਹੋ ਗਈ ਰੁੜ ਗਈ ਤੇ ਅੱਜ ਮੈਂ ਇਸ ਜਗ੍ਹਾ ਤੇ ਖੜੋ ਕੇ ਤੇ ਮੈਂ ਹੱਥ ਕਰ ਰਿਹਾ ਲੋਕਾਂ ਦੇ ਅੱਗੇ ਸਾਡੀ ਬਾਹ ਬੜੀ ਜਾਵੇ ਜੇ ਕੋਈ ਮੰਨ ਲੋ ਟਰਾਲੀ ਵਾਲਾ ਨੰਗਦਾ ਏ ਉਹਨੇ ਮਗਰ ਭਜਣਾ ਪੈਂਦਾ ਸਾਨੂੰ ਸਾਨੂੰ ਕੁਝ ਚੀਜ਼ ਦੇ ਕੇ ਸਾ ਕਿਸਾਨ ਜਿਹੜਾ ਆਪਣਾ ਦਰਦ ਨਹੀਂ ਦੱਸ ਸਕਦਾ ਅੰਦਰ ਦਾ ਇਹ ਮੇਰੇ ਮਾਮੇ ਦਾ ਪੁੱਤ ਆ ਇਹ ਭਰਾ ਇਹਦੀ ਉਹ ਸਾਹਮਣੇ ਘਰ ਆ ਇਹ ਵੀ ਜਿਹੜਾ ਨਾ ਸਾਰੀ ਜ਼ਮੀਨ ਮੇਰੀ ਖਰਾਬ ਆ ਕੁਝ ਡੰਗ ਰਹੇ ਦੇ ਨੇ ਤੇ ਕੁਝ ਮੇਰੇ ਆ ਠੀਕ ਕੋਸ਼ੀ ਕਿਹਸ ਆ ਇਹਦੇ ਸਿੱਧ ਬਿਲਕੁਲ ਰੋਜ਼ਾਨਾ ਸਪੋਕਸਮੈਨ ਉਨਾ ਸਮਾਜ ਸੇਵੀ ਜਿਹੜੇ ਵੀਰ ਨੇ ਸਮਾਜ ਸੇਵਾ ਵਾਲੇ ਕਾਰ ਸੇਵਾ ਵਾਲੇ ਬਾਬੇ ਨੇ ਕੀ ਨਾਮ ਦੱਸੋ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਆ ਜੀ ਪ੍ਰਗਟ ਸਿੰਘ ਅਮਰਧਾਰੀ ਸੇਖਾ ਬੱਗੇ ਵਾਲਾ ਇਹਨਾਂ ਦਾ ਪਿੰਡ ਆ ਜ਼ਮੀਨ ਉਹਨਾਂ ਦੀ ਇਧਰ ਨਿਹਾਲਾ ਲਵੇਰਾ ਵਾਲੀ ਸਾਈਡ ਜਿਹੜੀ ਦਰਿਆ ਦੀ ਮਾਰ ਹੇਟ ਸੀਗੀ 10 ਕਿੱਲੇ ਇਹਨਾਂ ਦੀ ਆਪਦੀ ਜ਼ਮੀਨ ਸੀਗੀ 38 ਕਿੱਲੇ ਇਹਨਾਂ ਨੇ ਲਈ ਸੀਗੀ 60 ਟਰਾਲੀਆਂ ਤੂੜੀ ਦੀਆਂ ਜੋੜੀਆਂ ਸੀਆਂ ਬਰਬਾਦ ਹੋ ਗਿਆ ਸਭ ਕੁਝ ਪਿਛਲੇ 20 ਦਿਨਾਂ ਤੋਂ ਇਸ ਜਗ੍ਹਾ ਦੇ ਉੱਪਰ ਬੰਨ੍ਹ ਦੇ ਉੱਪਰ ਬੈਠਾ ਇਹ ਡੰਗਰ ਨੇ ਇਸ ਕਿਸਾਨ ਵੀਰ ਦੇ ਔਰ ਕਿਸਾਨ ਵੀਰ ਦਾ ਦਰਦ ਜਿਹੜਾ ਉਹ ਸੁਣਿਆ ਨਹੀਂ ਜਾ ਸਕਦਾ ਕਿਉਂਕਿ ਇਹਨਾਂ ਨੇ ਕਿਹਾ ਕਿ ਆਪਦੇ ਡੰਗਰਾਂ ਲਈ ਸਾਨੂੰ ਅ ਟਰਾਲੀਆਂ ਜਿਹੜੇ ਇੱਥੇ ਸੇਵਾਦਾਰ ਆਉਂਦੇ ਆ ਉਹਨਾਂ ਦੇ ਮਗਰ ਭਜਣਾ ਪੈਂਦਾ ਕਦੇ ਸੋਚਿਆ ਨਹੀਂ ਸੀਗਾ ਕਿ ਰੱਬ ਨੇ ਆ ਵੀ ਸਾਨੂੰ ਦਿਨ ਵਿਖਾਇਆ ਰਜਨਸ ਸਪੋਕਸਮੈਨ ਉਹਨਾਂ ਸਮਾਜ ਸੇਵੀ ਵੀਰਾਂ ਨੂੰ ਗਹਾਰ ਲਾਉਂਦਾ ਉਹਨਾਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਗਹਾਰ ਲਾਉਂਦਾ ਉਹਨਾਂ ਐਨ ਆਰ ਆਈ ਵੀਰਾਂ ਨੂੰ ਗਹਾਰ ਲਾਉਂਦਾ ਕਿ ਇਸ ਕਿਸਾਨ ਨੇ ਚਲੋ ਜਰ ਰਿਹਾ ਉਹਨਾਂ 38 ਕਿੱਲਾਂ ਨੂੰ ਵੀ ਜਰ ਰਿਹਾ ਕਿ ਕੋਈ ਗੱਲ ਨਹੀਂ ਜੇ ਨਹੀਂ ਪੈਸੇ ਇਕੱਠੇ ਹੋਣਗੇ ਤਾਂ ਜ਼ਮੀਨ ਛੱਡ ਦਾਂਗੇ ਆਪਦੀ ਜ਼ਮੀਨ 'ਚ 10 ਕਿੱਲੇ ਜਿਹੜੇ ਆ ਉਹਨਾਂ 'ਚ ਰੇਤਾ ਭਰ ਗਈ ਆ 4 4 5 5 ਫੁੱਟ ਰੇਤਾ ਭਰ ਗਈ ਆ ਪਰ ਆ ਜਿਹੜੇ ਬੇਜਮਾਨੇ ਡੰਗਰ ਖੜੇ ਨੇ ਇੰਨਾ ਬੇਜਮਾਨਿਆਂ ਲਈ ਇੱਕ ਕਿਸਾਨ ਗੁਹਾਰ ਲਾ ਰਿਹਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੀ ਬਾਹ ਫੜੀ ਜਾਵੇ ਜਰਨਲਿਸਟ ਸਪੈਕਸਮੈਨ ਇਸ ਕਿਸਾਨ ਲਈ ਗੁਹਾਰ ਲਾ ਰਿਹਾ ਇਸ ਗੁਹਾਰ ਲਾ ਰਿਹਾ ਇਸ ਕਿਸਾਨ ਲਈ ਗੁਰਸਖਵੀਰ ਆ ਔਰ ਸਾਡੇ ਨਾਲ ਇੱਕ ਹੋਰ ਜਿਹੜਾ ਕਿਸਾਨ ਮੌਜੂਦ ਹੈ ਭਾਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਭੈਸੰਗ ਜੀ ਤੁਹਾਡਾ ਕਿਹੜਾ ਪਿੰਡ ਆ ਨਿਹਾਲਾ ਲਵੀਰਾ ਜੀ ਨਿਹਾਲਾ ਲਵੀਰਾ ਤੁਹਾਡੀ ਕਿੰਨੀ ਜ਼ਮੀਨ ਸੀ ਸਾਡੀ ਆਪ ਦੀ 12 ਸੋਨਾ ਕਨੇ ਜ਼ਮੀਨ ਸੀ ਉਹਲਾ ਕਿੱਲੇ ਜਮੀਨ ਸੀ ਕੁਛ ਬਚੀ ਕਿ ਨਹੀਂ ਸਕੇ ਰੋਡ ਰੜ ਗਈ ਸਾਡੀ ਆ ਫਾੜੇ ਨੂੰ ਹੀ ਦਾਦਾ ਫੋਟਾ ਪਾਣੀ ਹੰਦੇ ਚੰਨ ਲਿਆ ਹਮ ਸਭ ਕੁਝ ਤਬਾਹ ਹੋ ਗਿਆ ਸਭ ਕੁਝ ਤਬਾਹ ਹੋ ਗਿਆ ਤੂੜੀ ਵੀ ਨਹੀਂ ਬਚੀ ਹਰਾ ਚਾਰਾ ਜਾ ਕੋਈ ਚੀਜ਼ ਨਹੀਂ ਹਮ ਤੇ ਡੰਗਰ ਹੋਣੇ ਥੇ ਲਾ ਕੇ ਬੰਨੇ ਡੰਗਰ ਆ ਬਜੀ ਕੁਝ ਹੱਥ ਨਹੀਂ ਬਜੀ ਹਮ ਤੂੜੀ ਬਰੋੜ ਗਈ ਤੂੜੀ ਗਾਲ ਖਈ ਹੋ ਜੀ ਰੋੜੀ ਨਹੀਂ ਤੂੜੀ ਗਾਲ ਖਈ ਗਲ ਗਈ ਆ ਮਰਾਡੇ ਜੀ ਤੂੜੀ ਖੜ ਗਈ ਹਮ ਕੁਝ ਨਹੀਂ ਬਸਾ ਹਮ ਹੁਣ ਪਿਛਲੇ 20 ਦਿਨਾਂ ਤੋਂ ਤੁਸੀਂ ਬਸ ਇੱਥੇ ਐਵੇਂ ਡੰਗਰ ਬੰਨੇ ਹੋਏ ਮੈਨੂੰ ਅੱਜ 50 ਦਿਨ ਹੋਏ ਇੱਥੇ ਡੰਗਰ ਬਜੇ ਨੇ 50 ਦਿਨ ਹੋ ਗਏ ਡੰਗਰ ਪਹਿਲੇ ਪਾਣੀ ਜਿਹੜਾ 7 ਤੇ 10 ਤਰੀਕਾ ਪਾਣੀ ਆਇਆ ਅੱਜ ਵੀ ਹੋਰ ਪਹਿਲੀ ਹੋਈ ਹੈ ਹੂੰ ਉਹਦਾ ਰਮਾਈ ਤੇ ਤਾਂ ਬਿਲਕੁਲ ਇਹ ਉਹ ਕਿਸਾਨ ਵੀਰ ਨੇ ਜਿਹੜੇ ਇਹ ਬੰਨ ਕਿਹੜਾ ਇਹ ਨਿਹਾਲਾ ਲਵੇਰਾ ਵਾਲਾ ਬੰਨ ਹੈ ਤੁਸੀਂ ਬੰਨ ਬੱਗੇ ਵਾਲੇ ਦੇ ਨਾਲ ਬਿਲਕੁਲ ਇਹ ਕਿਸਾਨ ਹੈ ਲੋਕੇਸ਼ਨ ਅਸੀਂ ਤੁਹਾਨੂੰ ਦੱਸ ਦੇਣਾ ਕਿ ਬੱਗੇ ਵਾਲਾ ਦੇ ਉੱਪਰ ਇਹ ਕਿਸਾਨ ਵੀਰ ਜਿਹੜੇ ਆ ਉਹ ਬੈਠੇ ਹੋਏ ਨੇ ਗੁਹਾਰ ਲਾਰੇ ਨੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਸਭ ਕੁਝ ਇਨਾਂ ਕਿਸਾਨ ਵੀਰਾਂ ਦਾ ਤਬਾਹ ਹੋ ਗਿਆ 16 ਕਿੱਲੇ ਇਸ ਕਿਸਾਨ ਵੀਰ ਦੀ ਜ਼ਮੀਨ ਸੀਗੀ 10 ਕਿੱਲੇ ਪਲੱਸ 38 ਕਿੱਲੇ ਇਸ ਕਿਸਾਨ ਦੀ ਜਿਹੜੀ ਫਸਲ ਸੀਗੀ ਉਹ ਬਰਬਾਦ ਹੋ ਗਈ ਆ ਭਾਜੀ ਤੁਹਾਡਾ ਕਿਹੜਾ ਪਿੰਡਾ ਹੈ ਨਾ ਬੱਗੇਵਾਲਾ ਜੀ ਤੁਹਾਡਾ ਬੱਗੇਵਾਲਾ ਤੁਹਾਡੀ ਵੀ ਜ਼ਮੀਨ ਹੋ ਗਈ ਹਾਂਜੀ ਆ ਸਾਬ ਨੇ ਆ ਜ਼ਮੀਨਾਂ ਛੱਡ ਗਈਆਂ ਜੀ ਸਾਡਾ ਘਾਰ ਪਰ ਇੱਧਰ ਸੁੱਕੇ ਥਾਂ ਤੇ ਪਿੰਡ ਚ ਹੂੰ ਜੇ ਪਰ ਜ਼ਮੀਨ ਸਾਰੀ ਇੱਧਰ ਝੋਨਾ ਸੀ ਕਿੰਨੀ ਜ਼ਮੀਨ ਸੀਗੀ ਸਾਡੀ ਇਧਰ ਪਹਿਲੀ 40 ਕਿਲੇ 40 ਕਿਲੇ ਸਾਰੀ ਸਾਰੀ ਤਬਾਹ ਹੋ ਗਈ ਸਾਰੇ ਖਤਮ ਹੋ ਗਏ ਚੋਨਾ ਜੀ ਹੂੰ 40 ਤੇ 40 ਕਿਲੇ ਖਤਮ ਹੋ ਗਏ ਹਾਂਜੀ ਬਿਲਕੁਲ ਦੋ ਵਾਰੀ ਲਾਇਆ ਦੋ ਵਾਰੀ ਖਤਮ ਹੋ ਗਏ ਹੂੰ ਦੋ ਵਾਰੀ ਲਾਇਆ ਤੇ ਦੋ ਵਾਰੀ ਖਤਮ ਹੋ ਗਿਆ ਤੇ ਹੁਣ ਤੁਸੀਂ ਇਥੇ ਇਸੇ ਬੰਦੇ ਤੇ ਬੈਠੇ ਹੋਏ ਨਹੀਂ ਅਸੀਂ ਸਾਡਾ ਕਾਰ ਇਧਰ ਪਿੰਡ ਦੇ ਵਿੱਚ ਐ ਜੀ ਹੂੰ ਕਾਰ ਸੁੱਕੇ ਥਾਂ ਤੇ ਕਾਰ ਸੁੱਕੇ ਥਾਂ ਤੇ ਇਹ ਸਾਡੇ ਘਰ ਦੇ ਵਿੱਚ ਆਣ ਕੇ ਮਰ ਕੇ ਬੱਚੇ ਵਿੱਚ ਬੈਠੇ ਆ ਨਹੀਂ ਸਾ ਪਰਿਵਾਰ ਜੀ ਦਾ ਲड़का ਹੀ ਹਾਂਜੀ ਪਰਿਵਾਰ ਰਿਲੇਸ਼ਨ ਸਾਡਾ ਹੂੰ ਹਾਂਜੀ ਬਿਲਕੁਲ ਇਹ ਕਿਸਾਨ ਵੀਰ ਨੇ ਸਾਡੇ ਨਾਲ ਇਧਰ 16 ਕਿੱਲੇ ਬਰਬਾਦ ਹੋ ਗਈ ਇਧਰ ਕਿਸਾਨ ਵੀਰ ਦੀ ਆਪਦੀ 40 ਕਿੱਲੇ ਸੀਗੀ ਕੁਝ ਨਹੀਂ ਬਚਿਆ ਔਰ ਇਧਰ ਵੀਰ ਦੀ ਜਿਹੜੇ ਜਹਦਾਂ ਵੀਰਾਂ ਅਮਰਤਾਰੀ ਸਿੱਖ ਵੀਰਾਂ 10 ਕਿੱਲੇ ਆਪਦੇ ਜੀ ਮੈਨਸ ਸੀਗੇ ਰੇਤਾ ਪੈ ਗਿਆ ਔਰ 38 ਕਿੱਲੇ ਠੇਕੇ ਤੇ ਸੀਗੇ ਸਭ ਕੁਝ ਇਸ ਸਤਲੁਜ ਦੇ ਪਾਣੀ ਨੇ ਇਸ ਹੜਾਂ ਦੇ ਪਾਣੀ ਨੇ ਬਰਬਾਦ ਕਰਕੇ ਰੱਖ ਦਿੱਤਾ ਕੱਖੋਂ ਹੋਲੇ ਕਿਸਾਨ ਹੋ ਗਏ ਅੱਗੇ ਕੁਝ ਅੱਗੇ ਕੁਝ ਦਿਸਦਾ ਨਹੀਂ ਆ ਤੇ ਪਿੱਛੇ ਕੁਝ ਬਚਿਆ ਨਹੀਂ ਆ ਗੁਹਾਰਾ ਕਿ ਘੱਟੋ-ਘੱਟ ਜੇ ਸਾਨੂੰ ਆਪਦਾ ਕੁਝ ਨਹੀਂ ਦੇ ਸਕਦੇ ਆਪ ਦੇ ਲਈ ਕਿ ਇਨਸਾਨ ਹੱਥ ਪੱਲਾ ਮਾਰ ਕੇ ਕੁਝ ਖਾ ਲੇਗਾ ਪਰ ਡੰਗਰ ਜਿਹੜੇ ਆ ਉਹਨਾਂ ਲਈ ਕੁਝ ਨਾ ਕੁਝ ਤੂੜੀ ਹਰਾਚਾਰਾ ਫੀਡ ਵਗੈਰਾ ਜਾਂ ਹੋਰ ਜਿਹੜੀ ਜਿੰਨੀ ਵੀ ਮਦਦ ਹੋ ਸਕਦੀ ਹੈ ਮਾਲੀ ਮਦਦ ਹੋ ਸਕਦੀ ਹੈ ਸਰਕਾਰ ਵੱਲੋਂ ਮਦਦ ਹੋ ਸਕਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਦਦ ਹੋ ਸਕਦੀ ਆ ਉਹ ਕੀਤੀ ਜਾਵੇ ਪਰ ਪੁੱਤ ਮਨਕੇ ਸਿੰਘ ਦੀ ਰਿਪੋਰਟਸ ਬਾਕਸ ਮੰਟਵੀ